ਵੈਲਕਮ ਟੂ ਟੁਡੇਜ਼ ਐਡੀਸ਼ਨ ਆਫ ਅਮਰੀਕਨ ਵਿਜ਼ਨ। ਆਮ ਹਰਪ੍ਰੀਤ ਸਿੰਘ ਤੂਰ, ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਸ਼ਲੋਮ। ਅੱਜ ਜਿਹੜਾ ਹੈਗਾ ਆ ਅਮਰੀਕਨ ਵਿਜ਼ਨ ਜਿਹੜਾ ਹੈਗਾ ਨਾ, ਮੈਂ ਹਮੇਸ਼ਾ ਹੀ ਚਾਹੁੰਦਾ ਸੀਗਾ ਸੀ ਵੀ ਅਸੀਂ ਇਸ ਸ਼ੋਅ ਦੇ ਉੱਤੋਂ ਬਾਕੀ ਜਿਹੜੀ ਇਨਫੋਰਮੇਸ਼ਨ ਦੇਈਦੀ ਆ, ਸ਼ੇਅਰ ਕਰੀਦੀ ਆ, ਗਾਈਡ ਕਰੀਦਾ ਹੈਗਾ ਆ ਜਾਂ ਕੋਸ਼ਿਸ਼ ਕਰੀਦੀ ਆ ਤੁਹਾਨੂੰ ਦੱਸਣ ਦੀ ਚੀਜ਼ਾਂ ਦੀ, ਉਹ ਕਰਦੇ ਹਾਂ। ਪਰ ਹਮੇਸ਼ਾ ਇੱਕ ਕਮੀ ਮਹਿਸੂਸ ਕਰਦਾ ਸੀ ਕਿਉਂਕਿ ਤੁਹਾਨੂੰ ਪਤਾ ਵੀ ਕੋਈ ਵੀ ਜਿਹੜਾ ਇਸ਼ੂ ਆਉਂਦਾ, ਜਿਸ ਚੀਜ਼ ਇਸ਼ੂ ਦਾ ਸਿੱਖਾਂ ਦੇ ਨਾਲ ਖਾਸ ਕਰਕੇ ਸੰਬੰਧ ਹੋਵੇ, ਉਹਦੇ ਉੱਤੇ ਮੈਂ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਦਾ ਹੁੰਦਾ ਹਾਂ ਤਾਂ ਕਿ ਮੈਂ ਆਪਣੀ ਓਪੀਨੀਅਨ ਤੁਹਾਡੇ ਨਾਲ ਸ਼ੇਅਰ ਕਰਾਂ, ਤੁਸੀਂ ਉਸ ਚੀਜ਼ ਨੂੰ ਲੈ ਕੇ ਐਨਾਲਾਈਜ਼ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਮੈਨੂੰ ਜੇ ਕੰਟੈਕਟ ਕਰਨਾ ਮੈਨੂੰ ਕਰ ਸਕਦੇ ਹੋ। ਜੇ ਤੁਹਾਨੂੰ ਵਿਚਾਰ ਚੰਗੇ ਲੱਗਦੇ ਆ ਤਾਂ ਵੀ ਨਹੀਂ ਚੰਗੇ ਲੱਗਦੇ, ਕਿੱਥੇ ਊਣਤਾਈ ਆ ਕਿੱਥੇ ਜੋ ਵੀ ਹੈਗਾ ਤੁਸੀਂ ਕਰ ਸਕਦੇ ਹੋ। ਔਰ ਉਸੇ ਚੀਜ਼ ਨੂੰ ਲੈ ਕੇ ਮੈਨੂੰ ਅੱਜ ਮੌਕਾ ਮਿਲਿਆ ਭਈ ਅਸੀਂ ਕੋਈ ਆਪਣੇ ਭਾਈ ਸਾਹਿਬ ਨੂੰ ਮੈਂ ਲਿਆ ਰਿਹਾ ਤੁਹਾਡੇ ਰੂਬਰੂ ਕਰਾ ਰਿਹਾ ਹੋਰ ਦੋ ਮਿੰਟਾਂ ਦੇ ਵਿੱਚ ਭਈ ਐਸ ਜੀ ਪੀ ਸੀ ਆ ਜਿਹੜੀ ਉਹ ਕੀ ਰੋਲ ਆ, ਕਿੱਦਾਂ ਆ, ਅਸੀਂ ਇੱਥੇ ਆਮ ਤੌਰ ਦੇ ਉੱਤੇ ਕੀ ਹੈਗਾ ਵੀ ਸਾਨੂੰ ਆਮ ਬੰਦੇ ਨੂੰ ਨੌਲੇਜ ਹੀ ਨਹੀਂ ਐਕਸੈਪਟ ਇਸ ਚੀਜ਼ ਦੇ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਹਾਂਜੀ ਉਹ ਸਾਡੇ ਹਿਸਟੋਰੀਕਲ ਗੁਰਦੁਆਰੇ ਰਨ ਕਰਦੀ ਆ ਜੀ, ਉਹ ਜੀ ਉੱਥੇ ਪਤਾ ਨਹੀਂ ਕਿੰਨੇ ਕੁ ਘਪਲੇ ਹੁੰਦੇ ਹੋਣੇ, ਕੀ ਹੁੰਦਾ ਹੋਣਾ ਕੀ ਨਹੀਂ ਹੁੰਦਾ ਹੋਣਾ, ਸਾਨੂੰ ਈਵਨ ਸਟਰਕਚਰ ਦਾ ਵੀ ਨਹੀਂ ਪਤਾ। ਔਰ ਜਦੋਂ ਐਸ ਜੀ ਪੀ ਸੀ ਦੀ ਇਲੈਕਸ਼ਨ ਆਉਂਦੀ ਹੈਗੀ ਆ, ਉਸ ਇਲੈਕਸ਼ਨ ਦੇ ਵਿੱਚ ਅਸੀਂ ਪਾਰਟੀਸਪੇਟ ਤਾਂ ਕੀ ਕਰਨਾ ਹੈਗਾ ਆ, ਸਾਡੇ ਐਕਚੁਅਲੀ ਉਹ ਮੈਂਸ਼ਨ ਵੀ ਨਹੀਂ ਹੁੰਦੀ ਵੀ ਭਾਈ ਐਸ ਜੀ ਪੀ ਸੀ ਦੀ ਇਲੈਕਸ਼ਨ ਆ ਰਹੀ ਹੈਗੀ ਆ। ਸੋ ਮੈਨੂੰ ਮੌਕਾ ਮਿਲਿਆ ਅਤੇ ਇੱਕ ਭਾਈ ਸਾਹਿਬ ਆਪਣੇ ਲਿਆ ਰਿਹਾ ਮੈਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ ਜਿਹਨਾਂ ਨੂੰ, ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਅਮੈਰੀਕਾ ਆਪਣੇ ਨਿੱਜੀ ਦੌਰੇ ਦੇ ਉੱਤੇ ਆਏ ਹੋ, ਫੈਮਿਲੀ ਵੈਡਿੰਗ ਹੈਗੀ ਆ ਉਹਦੇ ਉੱਤੇ ਆਏ ਆ ਉਹ, ਤਾਂ ਮੈਂ ਕਿਹਾ ਵੀ ਸਾਨੂੰ ਥੋੜ੍ਹਾ ਮੌਕਾ ਦਿਓ ਵੀ ਕੁਛ ਇੱਕ ਚੀਜ਼ਾਂ ਜਿਹੜੀਆਂ ਕਲੀਅਰ ਹੋਣਗੀਆਂ ਤੁਹਾਨੂੰ ਪਤਾ ਲੱਗੂਗਾ, ਮੈਨੂੰ ਵੀ ਸ਼ਾਇਦ ਉਹਦੇ ਵਿੱਚੋਂ ਕੁਛ ਨਾ ਕੁਛ ਮਿਲ ਜਾਵੇ। ਸੋ ਇਸ ਕਰਕੇ ਉਹਨਾਂ ਨੇ ਉਹ ਜਿਹੜੀ ਸਾਡੀ ਮੇਰੀ ਰਿਕੁਐਸਟ ਸੀ ਉਹ ਮਨਜ਼ੂਰ ਕਰ ਲਈ ਅਤੇ ਉਹ ਅੱਜ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਆ ਰਹੇ ਆ। ਉਹਨਾਂ ਦਾ ਨਾਂ ਹੈਗਾ ਡਾਕਟਰ ਪਰਮਜੀਤ ਸਿੰਘ ਜੀ ਸਰੋਆ, ਇਹ ਹੈਗੇ ਆ ਜੀ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਤੋਂ। ਸਰੋਆ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਜੀ ਆਇਆਂ ਨੂੰ ਮਹਾਰਾਜ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਮਿਹਰਬਾਨੀ ਮਹਾਰਾਜ ਆਉਣ ਦਾ। ਇਹ ਤੁਸੀਂ ਸੁਣੇ ਹੀ ਲਿਆ ਆ ਪਹਿਲਾਂ ਤਾਂ ਥੋੜ੍ਹਾ ਜਿਹਾ ਨਾ ਐਸ ਜੀ ਪੀ ਸੀ, ਕਿਉਂਕਿ ਆਮ ਬੰਦੇ ਨੂੰ ਐਸ ਜੀ ਪੀ ਸੀ ਨਹੀਂ ਪਤਾ, ਥੋੜ੍ਹਾ ਜਿਹਾ ਐਸ ਜੀ ਪੀ ਸੀ ਡਿਫਾਈਨ ਕਰੋ ਵੀ ਅਸੀਂ ਕਰਦੇ ਕੀ ਹਾਂ, ਐਸ ਜੀ ਪੀ ਸੀ ਹੈ ਕੀ ਚੀਜ਼ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਵਜੋਂ ਸਾਰੇ ਸੰਸਾਰ ਵਿੱਚ ਜਾਣਿਆ ਜਾਂਦਾ, ਇਹਦੀ ਜਿਹੜੀ ਸਥਾਪਨਾ ਆ ਇਹ 15 ਨਵੰਬਰ 1920 ਨੂੰ ਸਾਡੇ ਸਿੱਖ ਧਰਮ ਦੇ ਜਿਹੜੇ ਉਸ ਵੇਲੇ ਦੇ ਆਗੂ ਸੀ ਉਹਨਾਂ ਵੱਲੋਂ, ਜਿਹੜੀਆਂ ਮਹੰਤਾਂ ਵੱਲੋਂ ਕ੍ਰਿਤੀਆਂ ਕੀਤੀਆਂ ਜਾਂਦੀਆਂ ਸਨ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਸੁਚੱਜੇ ਪ੍ਰਬੰਧ ਲਈ ਬਣਾਈ ਗਈ ਸੀ। ਔਰ ਉਸ ਵੇਲੇ ਸਰਕਾਰ ਨੇ 175 ਮੈਂਬਰੀ ਜਿਹੜੀ ਕਮੇਟੀ ਹੈ ਉਹ ਨਾਮਜ਼ਦ ਕੀਤੀ ਸੀ, ਸਰਕਾਰ ਨੇ ਇੱਕ ਨੋਟੀਫਿਕੇਸ਼ਨ ਬ੍ਰਿਟਿਸ਼ ਗੌਰਮੈਂਟ ਸੀ ਉਦੋਂ। ਹਾਂਜੀ, ਅਤੇ ਉਹਦੇ ਜਿਹੜੇ ਪਹਿਲੇ ਪ੍ਰਧਾਨ ਸੀ ਉਹ ਸਰਦਾਰ ਸੁਰਿੰਦਰ ਸਿੰਘ ਜੀ ਮਜੀਠੀਆ ਬਣੇ ਸਨ। ਹਾਂਜੀ, ਉਸ ਤੋਂ ਬਾਅਦ ਜੋ ਹੁਣ ਗੁਰਦੁਆਰਾ ਐਕਟ 1925 ਦਾ ਉਹ 1 ਨਵੰਬਰ 1925 ਨੂੰ ਹੋਂਦ ਵਿੱਚ ਆਇਆ ਔਰ ਪਹਿਲੀਆਂ ਚੋਣਾਂ ਇਹਦੀਆਂ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ। ਔਰ ਹੁਣ ਇਸ ਵੇਲੇ ਮੌਜੂਦਾ ਸਥਿਤੀ ਵਿੱਚ ਸਾਡੇ 170 ਮੈਂਬਰ ਜਿਹੜੇ ਚੁਣੇ ਜਾਂਦੇ ਨੇ, 120 ਹਲਕੇ ਨੇ, ਕੁਛ ਡਬਲ ਨੇ, ਕੁਛ ਬੀਬੀਆਂ ਲਈ ਰਾਖਵੇਂ ਨੇ, 30 ਬੀਬੀਆਂ ਲਈ ਹਲਕੇ ਰਾਖਵੇਂ ਨੇ। ਜਿਹੜੇ 30 ਬੀਬੀਆਂ ਲਈ ਰਾਖਵੇਂ ਉਹ 170 ਦੇ ਵਿੱਚ ਹੀ ਆ ਜਾਂ ਜਦੇ ਡਬਲ ਹਲਕੇ ਨੇ, 120 ਹਲਕੇ ਨੇ, ਓਕੇ, ਉਹਨਾਂ 'ਚੋਂ ਕੁਛ ਡਬਲ ਨੇ, ਕੁਛ ਮਤਲਬ ਜਿਹੜੇ ਸਾਡੇ ਹੋਰ ਮਤਲਬ ਵੀ ਸਿੱਖਾਂ ਦੇ ਵਿੱਚ ਜਿਹੜੀਆਂ ਟੋਟਲ ਜਾਣੀ ਕਿ ਮੈਂਬਰ 170 ਆ। ਹਾਂਜੀ, ਜਿਹੜੇ ਚੁਣੇ ਜਾਂਦੇ ਨੇ ਹਾਂਜੀ ਵੋਟਾਂ ਰਾਹੀਂ, ਔਰ 18 ਸਾਲ ਦਾ ਕੋਈ ਵੀ ਵੋਟਰ ਜਿਹੜਾ ਉਹ ਇਹਦੇ ਵਿੱਚ ਹਿੱਸਾ ਲੈ ਸਕਦਾ, ਔਰ 5 ਸਾਲ ਬਾਅਦ ਜਿਹੜਾ ਐਕਟ ਦੇ ਮੁਤਾਬਕ ਇਹਦੀਆਂ ਚੋਣਾਂ ਹੁੰਦੀਆਂ ਨੇ, ਔਰ 15 ਮੈਂਬਰ ਜਿਹੜੇ ਆ ਉਹ ਨਾਮਜ਼ਦ ਕੀਤੇ ਜਾਂਦੇ ਆ। ਉਹ ਨਾਮਜ਼ਦ ਉਹ ਮੈਂਬਰ ਕੀਤੇ ਜਾਂਦੇ ਨੇ ਵੀ ਜਿਹੜੇ ਬੰਦੇ ਸਿੱਖੀ ਦੇ ਵਿੱਚ ਤਾਂ ਬਹੁਤ ਉਹਨਾਂ ਦਾ ਕੰਮ ਹੈ ਲੇਕਿਨ ਪੋਲੀਟੀਕਲ ਤੌਰ 'ਤੇ ਉਹ ਪਛੜੇ ਹੋਏ ਨੇ, ਉਹਨਾਂ ਨੂੰ ਤਾਂ ਕਿ ਉਹਨਾਂ ਦੀ ਸਲਾਹ ਲਈ ਜਾ ਸਕੇ ਐਸ ਜੀ ਪੀ ਸੀ ਦੇ ਕੰਮਾਂ ਲਈ, ਅਤੇ ਉਹ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ। ਇਸ ਤਰ੍ਹਾਂ 185 ਮੈਂਬਰੀ ਹਾਊਸ ਜਿਹੜਾ ਆ ਉਹ ਸਰਕਾਰ ਗਠਿਤ ਕਰਦੀ ਆ। ਉਸ ਤੋਂ ਬਾਅਦ ਜਿਹੜੇ 5 ਸਾਡੇ ਸਿੰਘ ਸਾਹਿਬਾਨ ਨੇ ਉਹ ਵੀ ਮੈਂਬਰ ਨੇ, ਔਰ 6ਵੇਂ ਜਿਹੜੇ ਸਾਡੇ ਹੈਡਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਉਹ ਵੀ ਇਹਦੇ ਮੈਂਬਰ ਹੁੰਦੇ ਨੇ, ਪਰ ਇਹਨਾਂ 6ਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ। ਠੀਕ ਹੈ, ਵੋਟਿੰਗ ਜਦੋਂ ਹੁੰਦੀ ਆ ਤਾਂ 185 ਮੈਂਬਰਾਂ ਦਾ ਅਧਿਕਾਰ ਹੁੰਦਾ।
ओके यानी कि भी 191 हुए 185 वोटिंग राइट्स वाले है। अच्छा एस जी पी सी है जी ये पंजाब हरियाणा हिमाचल से चंडीगढ़ हिस्टोरिकल गुरद्वारे इन्हों कवर करती हैगी जो पुराना पंजाब अंग्रेज के टाइम पर सगा क्योंकि उस वेले चंडीगढ़ भी विच सी हरियाणा भी हिमाचल भी तो पंजाब भी ये जिन्ना भी उस वेले का जोड़ा खेत्र से वो सारा ये अज भी अधीन आता है और जोड़े सीधे तौर पर असी 100 के करीब गुरु घर जोड़े आ उन्हों का प्रबंध जोड़ा श्रोमणी गुरद्वारा प्रबंधक कमेटी देखती है इस वे जदों जदों असी गुरद्वारा प्रबंधक कमेटी वालों कुछ एक जिदा कि हुण गुरद्वारे मैनेज करने है गुरु नानक देव जी का 550 साल कॉइन रिलीज़ होया है ठीक है जी एस जी पी सी कंट्रोल कर रही उस चीज़ में बिल्कुल साड़ा एक धर्म प्रचार विंग है जिदा हर साल वखरा बजट बनता है तो वो सकत्र साढ़े बलविंदर सिंह चौड़ा सिंह ने ठीक है तो वो मतलब एस जी पी सी जी जो फैसले करती है वो असी लागू करके तो जो सा जिदा असं इंपलाई हाँ उन्होंने असं लागू करते हैं थोड़ा रोल है जोड़ा वह एज ए सपोर्ट रोल हो गया इलैक्टेड जोड़े ऑफिशियल उन्होंने जोड़ा रोल आ भी भाई ये एस जी पी सी आ प्रधान साहब है तो असं प्रधान साहब न सपोर्ट करनी है कि यानी कि स्ट्रक्चरली कि फंक्शन करती क्योंकि मेरे वास्ते ये चीज़ जरूरी है भाई लोगों इतने जोड़े है उन्होंने पता लगे इतने कई ऑर्गेनाइजेशन आन जा हर एक का जोर लगा एस जी पी सी असी किसी ना किसी तरह सट्ट मारीे सवाल इस चीज़ का भी असी एक साढ़े को जी चीज़ है असी इंप्रूव कितना करना हूँ तो हर चीज़ आ सकती हैगी आई एम सॉरी टू से क्योंकि कुछ एक चीज़ा होंगे वो सानू भी पता है भाई पर वास्ते जी ज्यों ज्यों असं अगे चलोंगे वी विल टॉक अबाउट इट एस जी पी सी का जोड़ा मेन रोल आ जोड़ा जिदा हूँ तुम थोड़ा वो की रोल तुम की रोल प्ले करते देखो जिस 185 मैंबर ने एको एक सिखा की जथेबंदी है जिसे प्रधान की हर साल चोण होंगी है सो पार्लियामेंट टाइप कह लीए आप 1 अक्तूबर तो लैके ठीक है 30 नवंबर तक ये जी चोण है ये असी करवानी होंगी है और हर साल जो भी मर्जी एक डेट रख के यदि इलैक्शन होंगी है और जोड़े 185 मैंबर ने 15 मैंबर जिमें मंत्री मंडल कह लो एक प्रधान होंगे एक सीनियर मीत प्रधान एक वाइस प्रेजिडेंट एक जनरल सैकटरी और 11 मैंबरी साड़ी एग्जैक्टिव कमेटी होंगी है वो हर साल नवी चुनी जाती है ठीक है और वो महीने हर महीने एक मीटिंग अपनी करते हैं एकत्रता वक् वक् थावान पर पंजाब के गुरुद्वार और उ कुछ एजेंडे आइटम होंदिया ने जिहड़ियां रूटीन के काम काज गुरु घर के कुछ जो पंथक इशू ने उन्होंने जो फैसले लेंदे ने तो उन्होंने जोड़े साड़ी जिदा साढ़े सकत्र साहबान ने मैं भी उन्होंने एक उन्होंने भी राय ली जाती है तो जो समुची राय बन के वह फैसला लिया जाता है तो वह फैसले जी लागू करवाने की जी जिम्मेवारी है वह मतलब साड़ी होंगी है जो फैसले उन्होंने लाए जाते सो इन अदर वर्ड पर जे असी थानू इत्थे कोई सलाह दिने भी भाई सानू आ चीज़ इतने चंकी लगी या नहीं चंकी लगी तुम उ जाके डिस्कस कर सकते हो असी जो जो तुम मैं इतने लिखती रूप से दोगे जोड़े भी कोई गुरु घर के देंगे सानू हाँ जी तो पिछले जो मैं रामगढ़िया गुरुद्वारे गया उन्होंने बुंगे बारे गल की ठीक है उन्होंने मैं लिखते दिता मैं उत्थे जो प्रधान ने एग्जैक्टिव कमेटी चो असी भेज दें वो फिर जो भी उसको डिस्कस करके फैसला लेंदे ने असी फिर लागू करवाने एक दो बहुत इंपॉर्टेंट इशू आ उस तो पहला कि असी दूजे पासे नूं जाइए होर चीज़ा जिहड़ियां बहुत मैं डिस्कस करनियां चाहुंदा हुण बरगाड़ी कांड होया ठीक है जी बरगाड़ी कांड दे उत्ते सिखां दे विच बहुत इस चीज़ का रोस है कोई जाने के दो रावां नहीं हैगियां पर हुण सवाल इस चीज़ का है भी जिदा हुण सी बी आई कहिंदी जी असी रैप अप कर दिता उह हो की रहा उत्थे असी इत्थे बैठे हाँ असी इत्थे जो मर्जी कैफे लाई जाइए जो मर्जी असी सोची जाइए अखबारों के जिनी खबर आनी वो तो पता लगना पर ग्राउंड रियालिटी है जी हो सकता थोड़े थानू ज़्यादा पता हो कारण की आ क्यों सी बी आई ने नहीं ये पिछे जो मैं समझदा क्योंकि जिन्ना दुख थानू है उन्ना ही एक एज ए सिख मैनू है क्योंकि मैं कोई सरकार दे विच नहीं है मैं एक प्रबंधकी संस्था प्रबंधक वजो काम कर रहा मैं समझदा भी जी ये पिछे बहुत बड़ी एक साजिश है वो सानू भी सारे सिखां सुचेत होने की लोड़ है बई असी शब्द गुरु के पुजारी हैं और जी घटनावां हो रही ने कला बरगाड़ी नहीं होर भी तुसी सुनते होने थोड़े दिन बाद बिल्कुल सही गल है
ਉਹ ਮੈਨੂੰ ਮੈਂ ਇੰਜ ਆਪਣੇ ਤੌਰ 'ਤੇ ਮਹਿਸੂਸ ਕਰਦਾ ਵੀ ਸਾਨੂੰ ਸ਼ਬਦ ਗੁਰੂ ਨਾਲੋਂ ਤੋੜਨ ਦੀ ਉਹ ਇੱਕ ਬਹੁਤ ਵੱਡੀ ਸਾਜ਼ਿਸ਼ ਆ, ਸਾਨੂੰ ਇਹਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ। ਬਾਕੀ ਜਿਹੜਾ ਇਸ਼ੂ ਆ ਉਹ ਕਿਸ ਨੇ ਕਰਵਾਇਆ, ਕਿੱਦਾਂ ਕਰਵਾਇਆ, ਇਹ ਸਰਕਾਰਾਂ ਦੇ ਮਤਲਬ ਇਸ਼ੂ ਨੇ, ਆਪਾਂ ਸਰਕਾਰਾਂ 'ਤੇ ਮਤਲਬ ਸਾਡੇ ਮਤਲਬ ਪੰਜਾਬ ਵਿੱਚ ਵੀ ਸਾਰੇ ਸੰਗਤ ਮੰਗ ਵੀ ਕਰ ਰਹੀ ਆ ਵੀ ਉਹਨਾਂ ਨੂੰ ਫੜਿਆ ਜਾਵੇ, ਮਤਲਬ ਉਹ ਇੱਕ ਇਸ਼ੂ ਤਾਂ ਅਲੱਗ ਹੈ, ਪਰ ਸਾਨੂੰ ਇਸ ਗੱਲ ਤੋਂ ਵੀ ਸੁਚੇਤ ਹੋਣਾ ਚਾਹੀਦਾ ਵੀ ਇਹਦੇ ਪਿੱਛੇ ਇਹ ਵੀ ਇੱਕ ਬਹੁਤ ਵੱਡੀ ਡੇਰਾਵਾਦ ਵੱਲੋਂ ਸਾਜ਼ਿਸ਼ ਆ ਵੀ ਸਾਨੂੰ ਸ਼ਬਦ ਗੁਰੂ ਨਾਲੋਂ ਕਿੱਦਾਂ ਤੋੜਿਆ ਜਾਵੇ। ਇੱਕ ਇੱਥੇ ਹੋਰ ਸਵਾਲ ਆ ਜਾਂਦਾ ਆ ਵੀ ਜੇ ਤਾਂ ਹੁਣ ਉਦਾਹਰਣ ਦੇ ਤੌਰ 'ਤੇ ਮੈਂ ਹਾਂ, ਠੀਕ ਹੈ ਜੀ, ਮੈਂ ਜੇ ਤੁਹਾਨੂੰ ਲਿਖ ਕੇ ਦਿੰਦਾ ਭਾਈ ਬਰਗਾੜੀ ਕਾਂਡ ਆ ਜਿਹੜਾ ਉਹਦੇ ਵਿੱਚ CBI ਵੱਲੋਂ ਜਿਹੜੀ ਜਾਂਚ ਆ ਜਿਹੜੀ ਉਹਨੂੰ ਬੰਦ ਕਰਨਾ ਜਿਹੜਾ ਵੀ ਉਹਦੇ ਨਾਲ ਸਾਨੂੰ ਇਹ ਮਹਿਸੂਸ ਹੋ ਰਿਹਾ ਹੈਗਾ ਆ ਵੀ ਪ੍ਰੋਪਰ ਜਾਂਚ ਕਰਨ ਦੀ ਬਜਾਏ ਉਸ ਕੇਸ ਨੂੰ ਜਿੱਦਾਂ ਇੱਥੇ ਕਹਿੰਦੇ ਵੀ ਅੰਡਰ ਦਾ ਕਾਰਪੈਟ ਅੰਡਰ ਦਾ ਰਗ ਦੇ ਆਰ ਪੁਸ਼ਿੰਗ ਇਟ, ਜੇ ਅਸੀਂ ਉਹ ਤੁਹਾਨੂੰ ਕੋਈ ਲਿਖ ਕੇ ਦਿੰਦੇ ਹਾਂ ਜਾਂ ਕੋਈ ਹੋਰ ਜਿਹੜਾ ਦਰਸ਼ਕ ਆ ਉਹ ਲਿਖ ਕੇ ਤੁਹਾਨੂੰ ਚਿੱਠੀ ਦਿੰਦਾ, ਉਸ ਚਿੱਠੀ ਦਾ ਉੱਥੇ ਜਾ ਕੇ ਕੋਈ ਫਰਕ ਪਊ? ਬਿਲਕੁਲ ਫਰਕ ਪਊਗਾ। ਮੈਂ ਵੀ 3-4 ਦਿਨ ਤੋਂ ਇੱਥੇ ਹਾਂ ਔਰ ਮੈਂ ਵੀ ਜਿਸ ਤਰ੍ਹਾਂ ਤੁਸੀਂ ਖਬਰਾਂ ਪੜ੍ਹ ਰਹੇ ਹੋ ਹੁਣ, ਮੈਂ ਵੀ ਖਬਰਾਂ ਪੜ੍ਹ ਰਿਹਾ। ਸਾਡੀ 2 ਕੁ ਦਿਨ ਪਹਿਲਾਂ ਅੰਤਰ ਕਮੇਟੀ ਦੀ ਮੀਟਿੰਗ ਹੋਈ ਸੁਲਤਾਨਪੁਰ ਲੋਧੀ, ਜਿੱਥੇ 550 ਸਾਲਾ ਪ੍ਰਕਾਸ਼ ਪੁਰਬ ਲਈ ਮਤਲਬ ਪ੍ਰੋਗਰਾਮ ਲਿਖੇ ਗਏ ਨੇ। ਉੱਥੇ ਇਸ ਇਸ਼ੂ 'ਤੇ ਵੀ ਮਤਲਬ ਵੀ ਬਹੁਤ ਵੱਡੀ ਮਤਲਬ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਜਿਹੜੀ ਤੁਸੀਂ ਕਰ ਰਹੇ ਹੋ, ਔਰ ਉਹਨਾਂ ਨੇ ਇਸ ਲਈ ਗ੍ਰਹਿ ਮੰਤਰੀ ਨੂੰ ਮੈਂ ਜੋ ਪੜ੍ਹਿਆ ਪੇਪਰਾਂ ਦੇ ਵਿੱਚ ਮਿਲਣ ਦਾ ਫੈਸਲਾ ਕੀਤਾ। ਲੇਕਿਨ ਜੋ ਵੀ ਤੁਸੀਂ ਇੱਥੇ ਮੈਨੂੰ ਲਿਖ ਕੇ ਦਿਓਗੇ ਜਾਂ ਜੋ ਵੀ ਤੁਹਾਡੀ ਮੰਗ ਹੋਏਗੀ ਮੈਂ ਉੱਥੇ ਜਾ ਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪਹੁੰਚਾਵਾਂਗਾ, ਔਰ ਉਹ ਇਸ ਇਸ਼ੂ 'ਤੇ ਤੁਹਾਡੀ ਜਿਹੜੀ ਸਲਾਹ ਹੋਏਗੀ ਜਾਂ ਤੁਹਾਡਾ ਜਿਹੜਾ ਮਾਰਗ ਦਰਸ਼ਨ ਹੋਏਗਾ ਉਹਦੇ 'ਤੇ ਅਸੀਂ। ਅੱਛਾ, ਜਿਹੜਾ ਹੁਣ ਜਿੱਦਾਂ 84 ਦੇ ਦੰਗੇ ਆ, ਠੀਕ ਹੈ ਜੀ, ਹਾਂਜੀ, 84 ਦੇ ਦੰਗੇ ਜਿਹੜੇ ਹੋਏ ਹੈਗੇ ਆ ਉਹਦੇ ਵਿੱਚ ਜੋ ਮੈਂ ਮਹਿਸੂਸ ਕਰਦਾ ਹੈਗਾ ਆ, ਜਿਹੜੇ ਕੁਛ ਇੱਕ ਬੰਦੇ ਹੁੰਦੇ ਉਹ ਕਹਿੰਦੇ ਵੀ ਅਸੀਂ ਮੌਕੇ ਦਾ ਲਾਭ ਉਠਾ ਲਈਏ, ਕੁਛ ਇੱਕ ਬੰਦੇ ਹੁੰਦੇ ਜਿਨ੍ਹਾਂ ਦੇ ਨਾਲ ਵਾਕਈ ਵਾਪਰਿਆ ਹੁੰਦਾ। ਹੁਣ ਪੰਜਾਬ ਦੇ ਵਿੱਚ ਜਿਹੜੇ ਉਹ ਮੇਰਾ ਖਿਆਲ ਹੈ ਰੈੱਡ ਕਾਰਡ ਉਹਨਾਂ ਨੂੰ ਕਹਿੰਦੇ ਹੈਗੇ ਆ, ਹਾਂਜੀ ਹਾਂਜੀ, ਉਹ ਜਿਹੜੇ ਬੰਦੇ ਲੈ ਕੇ ਬੈਠੇ ਹੈਗੇ ਆ, ਉਹਦੇ ਵਿੱਚ SGPC ਦਾ ਕੀ ਰੋਲ ਆ? SGPC ਦਾ ਤਾਂ ਰੋਲ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਵੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ, ਜੇ ਕਿਸੇ ਨੂੰ ਵੀ ਸੰਸਾਰ 'ਚ ਕੋਈ ਦਰਦ ਵੀ ਹੁੰਦਾ ਤਾਂ ਜਿਹੜੀ SGPC ਆ ਉਹਨੂੰ ਦਰਦ ਹੁੰਦਾ। ਜਿਹੜੀਆਂ ਬਹੁਤ ਵੱਡਾ ਜਿਹੜਾ ਸਿੱਖ ਕਤਲੇਆਮ ਸੀਗਾ ਇਹਦੇ ਵਿੱਚ ਅੱਜ ਤੱਕ ਕੇਸ ਅਸੀਂ ਲੜ ਰਹੇ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੇਰੇ ਸਕੇ ਸਾਂਢੂ ਨੇ ਕੁਲਦੀਪ ਸਿੰਘ ਜੀ, ਉਹਨਾਂ ਦੀ ਜਿਹੜੀ ਗਵਾਹੀ ਨਾਲ ਜੋ ਦਿੱਲੀ ਵਿੱਚ ਇੱਕ ਇਸ ਦੋਸ਼ੀ ਨੂੰ ਫਾਂਸੀ ਹੋਈ ਆ, ਕਿਉਂਕਿ ਉਹਨਾਂ ਨੇ ਭਰਾ ਮਾਰਿਆ ਸੀ ਮਹੀਪਾਲਪੁਰ, ਔਰ ਉਹਨਾਂ ਦੇ 4 ਭਰਾਵਾਂ ਦੀ ਗਵਾਹੀ ਸੀ। ਅਸੀਂ ਉਹਨਾਂ ਦੀ ਫੁੱਲ ਪਰਿਵਾਰ ਵੱਲੋਂ ਵੀ ਮਦਦ ਕੀਤੀ ਆ ਔਰ SGPC ਨੇ ਵੀ ਮਦਦ ਕੀਤੀ, ਪਿੱਛੇ ਜੇ ਬੁਲਾ ਕੇ ਉਹਨਾਂ ਦਾ ਸਨਮਾਨ ਵੀ ਕੀਤਾ, 2-2 ਲੱਖ ਰੁਪਏ ਦਿੱਤਾ। ਅਸੀਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਅਸੀਂ ਕੰਟੀਨਿਊ ਕਰਾਂਗੇ, ਕਿਉਂਕਿ ਇਹ ਜਿਹੜੀਆਂ ਜੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ, ਆਪਣੇ ਕੋਲ ਸਮਾਂ ਬਹੁਤਾ ਨਹੀਂ ਹੋਣਾ, ਪਰ ਜਿੰਨਾ ਸਮਾਂ ਹੈਗਾ ਉਨੇ ਸਮੇਂ ਦੇ ਵਿੱਚ ਜੋ ਕੁਛ ਅਸੀਂ ਜਾਣ ਸਕਦੇ ਹਾਂ ਮੈਂ ਚਾਹਾਂਗਾ ਕਿ ਅਸੀਂ ਜਾਣ ਲਈਏ। ਆਓ ਇੱਕ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਫਿਰ ਅੱਗੇ ਚੱਲਾਂਗੇ। ਵੈਲਕਮ ਬੈਕ ਟੂ ਅਮੈਰੀਕਨ ਵਿਜ਼ਨ। ਅਸੀਂ 1984 ਬਾਰੇ ਗੱਲ ਕਰ ਰਹੇ ਸੀਗੇ ਸੀ, ਜਿਹੜੇ ਇੰਡੀਵਿਜੁਅਲ ਬੰਦਿਆਂ ਦੀ 1984 ਦੇ ਵਿੱਚ ਇੰਡੀਵਿਜੁਅਲ ਬੰਦਿਆਂ ਦੀ ਸਪੋਰਟ ਕਰਨੀ, ਪਰ ਆਲਸੋ ਜਿਹੜੀ ਕਿ ਇੱਕ ਲਾਇਬ੍ਰੇਰੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਜਿਹਦੇ ਵਿੱਚੋਂ ਸਮਾਨ ਆ ਜਿਹੜਾ ਉਹ ਗੌਰਮੈਂਟ ਲੈ ਕੇ ਗਈ ਆ, ਗੌਰਮੈਂਟ ਕਹਿ ਰਹੀ ਜੀ ਸਮਾਨ ਵਾਪਸ ਕਰ ਦਿੱਤਾ, ਠੀਕ ਹੈ, ਵਿੱਚ ਹੀ ਕੁਛ ਇੱਕ ਇਲੈਕਟਡ ਬੰਦੇ ਆ ਇਨਕਲੂਡਿੰਗ ਸੁਖਬੀਰ ਬਾਦਲ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਹੈਗੇ ਆ, BJP ਦੇ ਨਾਲ ਉਹਨਾਂ ਦੀ ਸਾਂਝ ਹੋਣ ਦੇ ਬਾਵਜੂਦ ਵੀ ਉਹ ਇਹ ਦੇ ਰਹੇ ਸਟੇਟਮੈਂਟਾਂ ਦੇ ਰਹੇ ਜੀ ਸਾਨੂੰ ਸਮਾਨ ਆ ਜਿਹੜਾ ਵਾਪਸ ਕੀਤਾ ਜਾਵੇ। ਸੈਂਟਰ ਕਹਿੰਦਾ ਅਸੀਂ ਸਮਾਨ ਵਾਪਸ ਕਰ ਦਿੱਤਾ, ਉਹ ਕੀ ਹੋ ਰਿਹਾ ਉੱਥੇ? ਦੇਖੋ, ਜਿੱਦਾਂ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਜਿਹੜਾ ਸਮੁੱਚਾ ਰੱਖ ਰਖਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੇਵਾਦਾਰ ਜਾਂ ਇੰਪਲਾਈ ਜਾਂ ਜਿਸ ਵੀ ਅਹੁਦੇ 'ਤੇ ਨੇ ਉਹ ਕਰਦੇ ਨੇ। ਇਸੇ ਤਰ੍ਹਾਂ ਜਿਹੜੀ ਉਹ ਲਾਇਬ੍ਰੇਰੀ ਆ ਸਿੱਖ ਰੈਸੈਂਸ ਲਾਇਬ੍ਰੇਰੀ, ਉਹਦੇ ਰੱਖ ਰਖਾਵ ਦਾ ਪ੍ਰਬੰਧ ਵੀ ਸਾਡੇ ਇੰਪਲਾਈ ਕਰਦੇ ਪਏ ਨੇ।
और ਉਹਦੇ ਲਈ ਜਿਹੜੇ ਕਿਉਂਕਿ ਕਾਫੀ ਸਮਾਂ 34-35 ਸਾਲ ਦੇ ਕਰੀਬ ਹੋ ਗਿਆ ਇਹਨਾਂ ਗੱਲਾਂ ਨੂੰ, ਤੇ ਉਹਦੀ ਜਾਂਚ ਕਰਨ ਲਈ ਵੀ ਸਾਰੀ ਗੱਲ ਦੀ ਵੀ ਵਿੱਚ ਇਹਦੇ ਪਿੱਛੇ ਸੱਚਾਈ ਕੀ ਆ, ਉਹਦੇ ਲਈ ਜਿਹੜੇ ਸਾਬਕਾ ਪ੍ਰਧਾਨ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਉਹਨਾਂ ਦੀ ਅਗਵਾਈ ਵਿੱਚ ਇੱਕ 5 ਮੈਂਬਰੀ ਕਮੇਟੀ ਗਠਿਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜਿਹਦੇ ਵਿੱਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਔਰ ਸਾਡੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਜੀ ਨੇ ਔਰ ਸਾਡੇ ਸਾਬਕਾ ਸਕੱਤਰ ਜਿਹੜੇ ਪਹਿਲਾਂ ਉਸ ਟਾਈਮ ਮੌਜੂਦ ਸੀ ਦਲਮੇਖ ਸਿੰਘ ਜੀ ਔਰ ਇੱਕ ਪ੍ਰੋਫੈਸਰ ਡਾਕਟਰ ਅਮਰ ਸਿੰਘ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਹ ਬਣਾਏ ਗਏ ਨੇ। ਉਹਨਾਂ ਦੀਆਂ ਪਿਛਲੇ ਇਸੇ ਮਹੀਨੇ 'ਚ ਲਗਾਤਾਰ ਹਫ਼ਤੇ ਬਾਅਦ 2 ਮੀਟਿੰਗਾਂ ਹੋ ਚੁੱਕੀਆਂ ਨੇ ਔਰ ਜਲਦੀ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਸੰਗਤਾਂ ਦੇ ਸਾਹਮਣੇ ਉਹ ਰੱਖਿਆ ਜਾਊਗਾ। ਯਾਨੀ ਕਿ ਵੀ ਉਸ ਕਮੇਟੀ ਦਾ ਜਿਹੜਾ ਏਮ ਆ ਉਹ ਇਹ ਆ ਵੀ ਸਾਡੇ ਕੋਲ 1984 ਲਾਇਬ੍ਰੇਰੀ ਤੋਂ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕੀ ਬਚਿਆ ਸੀ, ਕੀ ਗੌਰਮੈਂਟ ਲੈ ਕੇ ਗਈ ਤਾਂ ਕੀ ਮੁੜ ਕੇ ਆਇਆ। ਬਿਲਕੁਲ ਉਹ ਸਾਰੇ ਹੁਣ ਜਿਹੜਾ ਸਮਾਨ ਹੈ ਜਿਹੜਾ ਜੇ ਸੈਂਟਰ ਕਹਿੰਦਾ ਵੀ ਅਸੀਂ ਸਮਾਨ ਮੋੜ ਦਿੱਤਾ, ਲਾਇਬ੍ਰੇਰੀ ਵਾਲੇ ਕਹਿੰਦੇ ਵੀ ਸਾਡੇ ਕੋਲ ਸਾਰਾ ਨਹੀਂ ਪਹੁੰਚਿਆ, ਤਾਂ ਮਤਲਬ ਕਿਤੇ ਨਾ ਕਿਤੇ ਵਿਚਕਾਰ ਬਸ ਉਹੀ ਜਿਹੜੀ ਗੜਬੜ ਦੇਖਣ ਲਈ ਵੀ ਕਿੱਥੇ ਗੜਬੜ ਆ ਸਾਡੇ ਇੰਪਲਾਈ ਵਿੱਚ ਹੈਗੀ ਆ ਜਾਂ ਉੱਥੇ ਗਵਰਨਮੈਂਟ ਦੇ ਕਿਸੇ ਮਤਲਬ ਉਹਨਾਂ 'ਚ ਹੈਗੀ, ਇਹ ਦੇਖਣ ਲਈ ਉਹ ਕਮੇਟੀ ਬਣਾਈ ਗਈ ਆ ਔਰ ਉਹਦੀਆਂ ਲਗਾਤਾਰ ਹਫ਼ਤੇ ਬਾਅਦ ਮੀਟਿੰਗਾਂ ਹੋ ਰਹੀਆਂ ਨੇ। ਔਰ ਸਵਾਲ ਜਿਹੜਾ ਇਹ ਉੱਠਦਾ ਆ ਵੀ ਜੇ ਉਹ ਕਮੇਟੀ ਆ ਜਿਹੜੀ ਉਹ ਪਤਾ ਕਰ ਲੈਂਦੀ ਆ ਵੀ ਭਾਈ ਆਹ ਚੀਜ਼ ਆ ਜਿਹੜੀ ਵੀ ਇਹ ਹਰਪ੍ਰੀਤ ਸਿੰਘ ਤੂਰ ਨੇ ਆਹ ਕੰਮ ਕੀਤਾ, ਕੀ SGPC ਆ ਜਿਹੜੀ ਉਹ ਕਮਿਟਡ ਆ ਵੀ ਹਰਪ੍ਰੀਤ ਸਿੰਘ ਤੂਰ ਨੂੰ ਇਸ ਚੀਜ਼ ਦੀ ਸਜ਼ਾ ਜ਼ਰੂਰ ਮਿਲੇ ਔਰ ਉਹ ਜੋ ਕੁਛ ਵੀ ਹੈਗਾ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜਿਹੜੀ ਇਹ ਜਿਹੜੀ ਚੋਰੀ ਆ ਨਾ ਇਹ ਅਲੱਗ ਕਿਸਮ ਦੀ ਆ, ਇਹਦੇ ਲਈ ਤਾਂ ਇਹਨਾਂ ਨੂੰ ਜਿਹੜੇ ਬੰਦੇ ਦਾ ਦੋਸ਼ ਆ ਉਹਨੂੰ ਮਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕੋਈ ਦੋਰਾਵਾਂ ਨਹੀਂ, ਮਤਲਬ ਕੋਈ ਪੈਸੇ ਦੀ ਨਹੀਂ ਹੈ ਜਾਂ ਕੋਈ ਰਾਸ਼ਨ ਦੀ ਨਹੀਂ ਹੈ, ਬਹੁਤ ਵੱਡੀ ਕੋਈ ਬਹੁਤ ਵੱਡੀ ਬਿਲਕੁਲ ਸਹੀ ਗੱਲ ਹੈ ਸਾਡੀ ਵਿਰਾਸਤ ਨਾਲ ਮਤਲਬ ਹਿਸਟਰੀ ਆ ਵਿਰਾਸਤ ਦੀ ਚੋਰੀ ਆ ਜਾਂ ਜੋ ਵੀ ਹੈ ਉਹਦੇ ਨਾਲ ਧੋਖਾ, ਜਿਸ ਵੀ ਦਾ ਦੋਸ਼ ਨਿਕਲਦਾ ਹੋਊਗਾ ਜੇ ਗਵਰਨਮੈਂਟ ਦੇ ਕੁਛ ਬੰਦਿਆਂ ਨੇ ਮਤਲਬ ਨਹੀਂ ਦਿੱਤੀਆਂ ਚੀਜ਼ਾਂ ਜਾਂ ਮਤਲਬ ਪੂਰੀਆਂ ਜਾਂ ਸਾਡੇ, ਉਹ ਸਾਰੇ ਘੋਖ ਕੀਤੀ ਜਾਊਗੀ। ਜਿੰਨੇ ਵੀ ਉੱਥੇ ਪੁਰਾਣੇ ਸਾਡੇ ਇੰਪਲਾਈ ਉੱਥੇ ਕੰਮ ਕਰਦੇ ਰਹੇ ਨੇ ਉਹਨਾਂ ਸਾਰਿਆਂ ਨੂੰ ਵਾਰੀ ਵਾਰੀ ਬੁਲਾ ਕੇ ਉਹਨਾਂ ਤੋਂ ਜਿਹੜਾ ਉਹਨਾਂ ਦੇ ਜਿਹੜੀ ਆ ਬਿਆਨ ਲੈ ਕੇ ਤੇ ਉਹ ਇਸ ਸਿੱਟੇ 'ਤੇ ਜਲਦੀ ਪਹੁੰਚ ਜਾਣਗੇ ਉਹ ਵੀ ਕਿੱਥੇ ਕਸੂਰ ਆ। ਔਰ ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਉੱਥੇ ਟ੍ਰੈਂਡ ਚੱਲ ਰਿਹਾ ਹੈਗਾ ਆ, ਸਾਡੇ ਸਿੱਖ ਹਿਸਟਰੀ ਨੂੰ ਇੱਕ ਇੱਕ ਕਰਕੇ ਡਿਸਟਰੋਏ ਕੀਤਾ ਜਾ ਰਿਹਾ, ਠੀਕ ਹੈ ਜੀ, ਵੀ ਹਿਸਟੋਰੀਕਲ ਬਿਲਡਿੰਗ ਆ ਢਾ ਦਿਓ, ਸੰਗਮਰਮਰ ਲਾ ਕੇ ਨਵੀਂ ਬਿਲਡਿੰਗ ਬਣਾ ਦਿਓ। ਉਹਦੇ ਉੱਤੇ ਸਾਰਿਆਂ ਤੋਂ ਰੀਸੈਂਟ ਜਿਹੜਾ ਹੋਇਆ ਹੈਗਾ ਆ ਜਦ ਤਰਨ ਤਾਰਨ ਸਾਹਿਬ ਜਿਹੜਾ ਇੰਸੀਡੈਂਸ ਹੋਇਆ ਉਸ ਚੀਜ਼ ਨੇ ਇੱਕਦਮ ਸਾਰਾ ਕੁਝ ਸਾਹਮਣੇ ਲਿਆ ਕੇ ਰੱਖ ਦਿੱਤਾ। ਉਹ ਗੱਲ ਜੁਦੀ ਹੈ ਵੀ ਅਸੀਂ ਇੱਥੇ ਕਹਿੰਦੇ ਹੁੰਦੇ ਸੀ ਪਰ ਕੋਈ ਨਹੀਂ ਸੀ ਸੁਣਦਾ, ਪਰ ਉਸ ਚੀਜ਼ ਨੇ ਪੰਜਾਬ ਦੇ ਵਿੱਚ ਤੇ SGPC ਨੂੰ ਕਿੰਨਾ ਕੁ ਹਲੂਣਾ ਦਿੱਤਾ ਵੀ ਭਾਈ ਸਾਡੀ ਹਿਸਟਰੀ ਆ ਜਿਹੜੀ ਡਿਸਟਰੋਏ ਹੋ ਰਹੀ ਹੈ। ਦੇਖੋ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਵੇਂ ਤੁਹਾਨੂੰ ਦਰਦ ਹੁੰਦਾ, ਇਸੇ ਤਰ੍ਹਾਂ ਹੀ ਸਾਨੂੰ ਵੀ ਜਦੋਂ ਸਾਰਾ ਸਿੱਖਾਂ ਦਾ ਕੋਈ ਇਸ ਤਰ੍ਹਾਂ ਰੂਪ ਪੈਦਾ ਹੁੰਦਾ ਸਾਨੂੰ ਵੀ, ਕਿਉਂਕਿ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ। ਉਸ ਤੋਂ ਬਾਅਦ ਸਾਡੀ ਜਿਹੜੀ ਐਕਟਿੰਗ ਕਮੇਟੀ ਆ ਉਸਨੇ 11 ਮੈਂਬਰੀ ਕਮੇਟੀ ਇਹਦੇ ਵਿਰੁੱਧ ਪੱਕੀ ਗਠਿਤ ਕਰ ਦਿੱਤੀ ਹੈ, ਜਿਹਦੇ ਵਿੱਚ 4 ਵਿਰਾਸਤੀ ਮਾਹਰ ਸ਼ਾਮਿਲ ਕੀਤੇ ਗਏ ਨੇ। ਇੱਕ ਇਹਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਮਜੀਤ ਸਿੰਘ ਚਾਹਲ ਨੇ, ਇੱਕ ਡਾਕਟਰ ਰਾਵਲ ਸਿੰਘ ਨੇ ਔਰ ਕੁਲਵੀਰ ਸਿੰਘ ਸ਼ੇਰਗਿੱਲ ਨੇ ਜਿਹੜੇ ਰਿਟਾਇਰਡ ਚੀਫ ਇੰਜੀਨੀਅਰ ਪੰਜਾਬ ਨੇ, ਔਰ ਇਸ ਤੋਂ ਇਲਾਵਾ ਜਿਹੜੇ ਵਿਰਾਸਤੀ ਮਾਹਰ ਹੈਦਰਾਬਾਦ ਤੋਂ ਨੇ ਸੱਜਣ ਸਿੰਘ ਜੀ, ਅਤੇ ਬਾਕੀ ਸਾਡੇ ਐਕਸੀਅਨ ਵਗੈਰਾ ਸਾਡੇ ਦਫ਼ਤਰੀ ਜਾਂ ਮੈਂਬਰ ਨੇ ਉਹ ਕੀਤੇ ਗਏ ਨੇ। ਪਰ ਇਹ 4 ਵਿਰਾਸਤੀ ਮਾਹਰ ਪੱਕੇ ਤੌਰ 'ਤੇ ਮਤਲਬ ਨਿਯੁਕਤ ਕੀਤੇ ਗਏ ਨੇ, ਜਿਹੜੇ ਸਾਡੀਆਂ ਜਿੰਨੀਆਂ ਵੀ ਵਿਰਾਸਤੀ ਇਮਾਰਤਾਂ ਨੇ, ਦਰਖਤ ਨੇ ਅਤੇ ਵਸਤਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਅੱਗੇ ਤੋਂ ਪ੍ਰਿਜ਼ਰਵ ਪ੍ਰੋਟੈਕਟ ਕਰਨਾ ਪ੍ਰਿਜ਼ਰਵ ਕਰਨਾ ਅਤੇ ਉਹ ਜਿਹੜਾ ਧਿਆਨ ਰੱਖੇਗੀ ਵਾਸਤੇ, ਠੀਕ ਹੈ। ਅੱਛਾ ਹੁਣ ਇੱਕ ਹੋਰ ਚੀਜ਼ ਇਹਦੇ ਵਿੱਚ ਆ ਜਾਂਦੀ ਹੈਗੀ ਆ ਜਿਹੜਾ ਕਿ ਜਿਵੇਂ ਕਿ ਸਾਡੇ ਕੋਲ ਸਿਰਫ ਇਸ ਵੇਲੇ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਆ, ਠੀਕ ਹੈ ਜੀ। ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸੈਲੀਬ੍ਰੇਟ ਕਰ ਰਹੇ ਹੈਗੇ ਹਾਂ, ਕਰਤਾਰਪੁਰ ਸਾਹਿਬ ਨੂੰ ਜਿਹੜਾ ਲਾਂਘਾ ਬਣ ਰਿਹਾ ਉਸ ਲਾਂਘੇ ਦੇ ਵਿੱਚ ਅਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸੰਭਾਲ ਵਾਸਤੇ ਟੂ ਕੀਪ ਇਟ ਦਾ ਵੇ ਇਟ ਇਜ਼ SGPC ਉਹ 'ਚ ਕਿੰਨਾ ਕੁ ਰੋਲ ਪਲੇ ਕਰ ਰਹੇ, ਕਿਉਂਕਿ ਇੰਟਰਨੈਸ਼ਨਲ ਗੌਰਮੈਂਟ ਟੂ ਗੌਰਮੈਂਟ, ਇੰਡੀਅਨ ਗੌਰਮੈਂਟ ਟੂ ਪਾਕਿਸਤਾਨ ਗੌਰਮੈਂਟ ਆ, ਪੰਜਾਬ ਗੌਰਮੈਂਟ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਰੋਲ ਹੈਗਾ ਆ, ਕਿਉਂਕਿ ਉਹ ਕਾਂਗਰਸ ਆ, BJP ਐਂਟੀ ਕਾਂਗਰਸ ਆ, ਸੋ ਉੱਥੇ ਕਈ ਕੁਛ ਚੱਲਦਾ ਹੋਣਾ ਆ।
ਠੀਕ ਹੈ ਜੀ, ਮੈਨੂੰ ਨਹੀਂ ਪਤਾ ਵੀ ਤੁਸੀਂ ਕਿਹੜੇ ਸਵਾਲ ਦਾ ਜਵਾਬ ਦੇ ਸਕਦੇ, ਕਿੰਨਾ ਦੇ ਸਕਦੇ, ਪਰ ਅਸੀਂ ਘੱਟੋ ਘੱਟ ਜਾਣਨਾ ਚਾਹੁੰਦੇ ਹਾਂ ਵੀ ਉਹਦੇ ਵਿੱਚ ਉਹ ਲਾਂਘਾ ਹੈ ਜਿਹੜਾ, ਜੇ ਉਹ ਬਣਦਾ ਤਾਂ ਉਹਦੇ 'ਚ ਪੰਜਾਬ ਦੇ ਬੰਦਿਆਂ ਨੂੰ ਜਾਂ ਜਿਹੜੇ ਇੱਥੋਂ ਪੰਜਾਬ ਜਾਂਦੇ ਉਹ ਅੱਗੇ ਜਾਣਾ ਚਾਹੁੰਦੇ, ਉਹਨਾਂ ਨੂੰ ਕਿਸ ਕਿਸਮ ਦੀਆਂ ਸਹੂਲਤਾਂ ਹੋਣਗੀਆਂ, ਕੀ ਹੋ ਰਿਹਾ ਉੱਥੇ? ਦੇਖੋ, ਜਿਹੜਾ ਇਹ ਸਰਕਾਰਾਂ ਦਾ ਦੋਵਾਂ ਦਾ ਕੰਮ ਆ, ਜਿਹੜਾ ਇਹਦੇ ਵਿੱਚ ਜਿਹੜਾ ਆਮ ਨਾਗਰਿਕ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੀ ਕੋਈ ਬਹੁਤੀ ਦਖਲਅੰਦਾਜ਼ੀ ਨਹੀਂ ਹੈ, ਕਿਉਂਕਿ ਆਪਣੇ ਤਰੀਕੇ ਨਾਲ ਇਹਨਾਂ ਨੇ ਆਪਣੇ ਕੰਮ ਆਪਣੇ ਹਿਸਾਬ ਨਾਲ ਕਰਨੇ ਆ। ਲੇਕਿਨ ਸਾਡਾ ਪ੍ਰਬੰਧ ਹੇਠ ਉੱਥੇ ਗੁਰਦੁਆਰਾ ਡੇਰਾ ਬਾਬਾ ਨਾਨਕ ਹੈਗਾ, ਉੱਥੇ ਅਸੀਂ ਸਰਾਵਾਂ ਵੀ ਤਿਆਰ ਕਰ ਰਹੇ ਹਾਂ, ਜੋ ਸਾਡਾ SGPC ਆ ਉੱਥੇ, ਮਤਲਬ ਗੁਰਦੁਆਰੇ ਦੀ ਇਮਾਰਤ ਵੀ ਨਵੀਂ ਤਿਆਰ ਹੋ ਰਹੀ ਆ, ਹੋਰ ਜਿਸ ਤਰ੍ਹਾਂ ਵੀ ਰਸਤੇ ਵਿੱਚ ਸਾਡੀ ਉੱਥੇ ਜ਼ਮੀਨ ਵੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਸ ਤਰ੍ਹਾਂ ਦੀਆਂ ਵੀ ਸਹੂਲਤਾਂ ਸੰਗਤ ਨੂੰ ਮਤਲਬ ਉੱਥੇ ਲੋੜੀਂਦੀਆਂ ਨੂੰ ਅਸੀਂ ਉਹ ਕਰ ਰਹੇ ਹਾਂ, ਉਹ ਆਪਣੇ ਤੌਰ 'ਤੇ ਕਰ ਰਹੇ ਹਾਂ। ਲੇਕਿਨ ਸਰਕਾਰ ਜਿਹੜੀ ਆ ਉਹ ਆਪਣੇ ਪੱਧਰ 'ਤੇ ਕਰ ਰਹੀ ਆ, ਸਾਡੀ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ, ਸਿਰਫ ਸਾਡੀ ਤਾਂ ਮੰਗ ਹੈ ਅਤੇ ਜਿਹੜੀ ਸਾਡੇ ਕੋਲ ਗੁਰੂ ਘਰ ਆ ਉਹਦੇ ਵਿੱਚ ਅਸੀਂ ਜਿਹੜੀ ਸੰਗਤ ਲਈ ਹਰ ਸੁੱਖ ਸਹੂਲਤ ਜਿਹੜੀ ਉਹ ਦੇਣ ਦਾ ਯਤਨ ਕਰ ਰਹੇ ਹਾਂ। ਅੱਛਾ, ਇੱਕ ਬੜਾ ਸੈਂਸਿਟਿਵ ਜਿਹਾ ਹੁਣ ਇਸ਼ੂ ਆ ਜਿੱਧਰ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਹੈਗਾ ਆ, ਉਹ ਇਹ ਆ ਵੀ ਅਸੀਂ ਇੱਥੇ ਜਿਹੜੀਆਂ ਜਥੇਬੰਦੀਆਂ ਆ, ਜਿਹੜੇ ਇੰਡੀਵਿਜੁਅਲ ਬੰਦੇ ਹੈਗੇ ਆ, ਉਹ ਇੱਥੇ ਬੈਠ ਕੇ ਜੀ ਨਿੰਦੀ ਜਾਂਦੇ ਆ, ਅਤੇ ਤੁਹਾਡੇ ਉੱਥੇ ਜਿਹੜੇ ਹੈਗੇ ਆ, ਤੁਹਾਡੇ ਕੀ ਉੱਥੇ ਓਪੀਨੀਅਨ ਆ ਵੀ ਕਮਿਊਨੀਕੇਸ਼ਨ ਕਿੱਦਾਂ ਦਾ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਇੱਥੋਂ ਦੀ ਇਨਪੁੱਟ ਮਿਲ ਸਕੇ ਔਰ ਇੱਥੇ ਦੇ ਬੰਦਿਆਂ ਨੂੰ ਉੱਥੇ ਦੀ ਇਨਪੁੱਟ ਮਿਲ ਸਕੇ ਵੀ ਕੀ ਹੋ ਰਿਹਾ? ਅੱਜ ਕੱਲ੍ਹ ਤਾਂ ਯੁੱਗ ਆ ਜਿਹੜਾ ਮਿੰਟ ਵੀ ਨਹੀਂ ਲੱਗਦਾ, ਸਾਰੀ ਇਨਫੋਰਮੇਸ਼ਨ ਆਉਂਦੀ ਆ, ਪਰ ਕਮਿਊਨੀਕੇਸ਼ਨ ਆ ਜਿਹੜਾ ਉਹ ਹੈ ਨਹੀਂ ਗਾ। ਉਹਦੇ ਵਾਸਤੇ ਕੀ ਕੋਸ਼ਿਸ਼ ਆ ਜਿਹੜੀ ਉਹ ਹੋ ਰਹੀ ਆ ਔਰ ਕੀ ਕਰਨਾ ਚਾਹੀਦਾ? ਦੇਖੋ, ਜਿਹੜਾ ਇਹ ਆਦਾਨ ਪ੍ਰਦਾਨ ਸਾਨੂੰ ਕਰਨਾ ਚਾਹੀਦਾ, ਜਿਹੜੀਆਂ ਇੱਥੇ ਕੋਈ ਚੰਗੀਆਂ ਗੱਲਾਂ, ਮੈਂ ਵੀ ਇੱਥੇ ਜਦੋਂ ਆਉਂਦਾ ਅਤੇ ਸਿੱਖਦੇ ਇੱਥੋਂ ਆ ਕੇ, ਇੱਥੇ ਵਾਤਾਵਰਨ ਬਹੁਤ ਅੱਛਾ, ਪਾਣੀ ਦੀ ਸੰਭਾਲ ਆ, ਠੀਕ ਹੈ ਨਾ ਜੀ, ਧਰਤੀ ਦੀ ਬੜੀ ਅੱਛੀ ਸੰਭਾਲ ਆ। ਅਤੇ ਜਿਸ ਤਰ੍ਹਾਂ ਮੈਂ ਹੁਣ ਵਿਆਹ ਆਇਆ ਹੋਇਆ, ਪਹਿਲਾਂ ਵੀ ਆਇਆ ਸੀ ਆਪਣੇ, ਉਹ ਆਉਂਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਇੱਥੇ ਇੱਥੇ ਸਾਰਾ ਕੁਝ ਸਾਂਭਦੇ ਆ, ਅਤੇ ਉਹ ਜਿਹੜੀ ਮੈਂ ਆਨੰਦ ਕਾਰਜ ਹੁੰਦੇ ਆ ਇੱਥੇ, ਮੈਂ ਦੇਖਿਆ ਵੀ 500 ਤੋਂ ਜ਼ਿਆਦਾ ਜਿਹੜੀ ਸੰਗਤ ਉੱਥੇ ਸਾਰੇ ਆਏ ਹੁੰਦੇ ਆ, ਹਾਜ਼ਰ ਹੁੰਦੇ ਆ। ਇਹ ਗੱਲਾਂ ਉੱਥੇ ਸਾਡੇ ਨਹੀਂ ਹੈ, ਅਤੇ ਹੋਰ ਵੀ ਬਹੁਤ ਸਾਰੇ ਇੱਥੇ ਚੰਗੀਆਂ ਗੱਲਾਂ ਨੇ ਜਿਨ੍ਹਾਂ ਤੋਂ ਸਾਨੂੰ ਮਤਲਬ ਸੇਧ ਲੈਣ ਦੀ ਲੋੜ ਆ, ਔਰ ਕੁਝ ਸਾਡੇ ਕੋਲ ਉੱਥੇ ਚੰਗੇ ਗੁਣ ਨੇ ਜਿਹੜਾ ਆਪਸੀ ਸਾਨੂੰ ਆਦਾਨ ਪ੍ਰਦਾਨ ਕਰਨਾ ਚਾਹੀਦਾ। ਔਰ ਜਿਹੜੇ ਇੱਥੇ ਸਾਡੇ ਸੱਜਣ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹ ਉੱਥੇ ਸੈਮੀਨਾਰ ਆਯੋਜਿਤ ਕਰਕੇ, ਜਿਵੇਂ ਹੁਣ ਇਹ ਸਾਡਾ ਉੱਥੇ ਵਾਤਾਵਰਨ ਦਾ ਇਸ਼ੂ ਹੈਗਾ ਆ, ਹੈ ਨਾ ਜੀ, ਅਤੇ ਪਾਣੀ ਦਾ ਹੈਗਾ ਆ ਸਾਡਾ, ਮਤਲਬ ਵੀ ਪਾਣੀ ਬਹੁਤ ਥੱਲੇ ਜਾ ਰਿਹਾ, ਅਤੇ ਉਸ ਪਾਸੇ ਸੁਚੇਤ ਕਰ ਸਕਦੇ ਆ ਸਾਡੇ ਉੱਥੇ ਪੰਜਾਬ ਦੇ ਲੋਕਾਂ ਨੂੰ। ਔਰ ਜਿਹੜੀਆਂ ਅੱਜ ਗਿਰਾਵਟ ਆ ਰਹੀ ਆ ਅੱਜ ਨਸ਼ਿਆਂ ਬਾਰੇ, ਉਹ ਸਾਰਾ ਅਸੀਂ ਰਲ ਕੇ, ਮੈਂ ਚਾਹੁੰਦਾ ਵੀ ਆਪਾਂ ਇੱਕ ਦੂਜੀ ਆਲੋਚਨਾ ਕਰਨ ਦੀ ਬਜਾਏ ਉੱਥੇ ਜਾ ਕੇ ਕੁਛ ਲੋਕਾਂ ਨੂੰ ਸੁਚੇਤ ਕਰੀਏ। ਇੱਥੇ ਤੁਹਾਡੇ ਨਾਲ ਕੋਈ ਵੀ ਜਿਹੜੇ ਓਪੋਜੀਸ਼ਨ ਗਰੁੱਪ ਜਿਹੜੇ ਅਪੋਜ਼ ਕਰਦੇ ਹਰ ਵੇਲੇ SGPC ਨੂੰ ਜਾਂ ਉੱਥੇ ਦੀ ਕੋਈ ਵੀ ਔਰਗੇਨਾਈਜੇਸ਼ਨ ਆ ਉਹਨੂੰ, ਕੀ ਉਹਨਾਂ ਨੇ ਕਿਸੇ ਨੇ ਵੀ ਤੁਹਾਡੇ ਨਾਲ ਕੋਈ ਕੰਟੈਕਟ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਅਸੀਂ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ? ਨਹੀਂ, ਵੈਸੇ ਕਿਉਂਕਿ ਮੈਂ ਆਪਣੇ ਪਰਿਵਾਰਕ ਰੁਝੇਵਿਆਂ 'ਚ ਆਇਆ, ਇਹ 'ਚ ਕੋਈ ਸ਼ੱਕ ਨਹੀਂ ਹੈ, ਇਸ ਕਰਕੇ ਵੀ ਨਹੀਂ ਹੈ। ਦੂਸਰਾ ਬਈ, ਜਦੋਂ ਵੀ ਗੁਰੂ ਘਰ ਜਾਂਦੇ ਹਾਂ, ਪ੍ਰਗਟ ਕੀਤੀ ਭਾਵੇਂ ਤੁਸੀਂ ਆਪਣੇ ਪਰਸਨਲ ਰੁਝੇਵਿਆਂ ਲਈ ਆਏ? ਨਹੀਂ, ਕਿਸੇ ਨੇ ਨਹੀਂ, ਮੈਂ ਜ਼ਰੂਰ ਹਰ ਗੁਰਦੁਆਰੇ ਗਿਆ, ਬਾਬਾ ਮੱਖਣ ਸ਼ਾਹ ਲਵਾਣੇ, ਸਮੋਕੀ ਪਾਰਕ ਵੀ ਗਿਆ, ਰਾਮਗੜੀਆ ਗੁਰਦੁਆਰੇ ਵੀ ਗਿਆ, ਰਿਚਮੰਡ ਹਿੱਲ ਵੀ ਗਿਆ, ਸਾਰੇ ਗੁਰੂ ਘਰਾਂ 'ਚ ਮੈਂ ਆਪਣੇ ਤੌਰ 'ਤੇ ਗਿਆ। ਅਤੇ ਕਿਸੇ ਨੇ ਮਤਲਬ ਵੀ, ਕਿਉਂਕਿ ਇੱਕ ਸਾਡਾ ਜਿਹੜਾ, ਉਹਨਾਂ ਨੂੰ ਵੀ ਪਤਾ ਵੀ ਇਹ ਮਤਲਬ ਇੱਕ ਇੰਪਲੋਈ ਨੇ, ਵੀ ਇਹਨਾਂ ਦਾ ਕੋਈ ਸਾਡਾ ਕੋਈ ਬੜਾ ਇਹਨਾਂ ਨਾਲ, ਪਰ ਸੁਨੇਹਾ ਤਾਂ ਦੇਣਾ ਬਣ ਸਕਦਾ, ਜੋ ਕੋਈ ਸੁਨੇਹਾ ਦੇਣਗੇ ਹਾਂਜੀ, ਉਹ ਅਸੀਂ ਜ਼ਰੂਰ ਉਹਨਾਂ ਦਾ ਪਹੁੰਚਾਵਾਂਗੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਰਾਮਗੜੀਆ ਗੁਰਦੁਆਰੇ ਮੈਨੂੰ ਉਹਨਾਂ ਨੇ ਦਿੱਤਾ ਸੁਨੇਹਾ ਵੀ ਰਾਮਗੜੀਆ ਬੁੰਗਾ ਬਾਰੇ, ਉਹ ਮੈਂ ਜਾ ਕੇ ਉਹਨਾਂ ਦਾ ਜਿਹੜਾ ਸੁਨੇਹਾ ਪਹੁੰਚਾ ਦਿਆਂਗਾ। ਔਰ ਜਿਹੜਾ ਸੁਨੇਹਾ ਤੁਹਾਨੂੰ ਚਾਹੀਦਾ ਹੈਗਾ, ਕੋਈ ਵੀ ਸੁਨੇਹਾ ਆ, ਉਹ ਜਾਣੀ ਕਿ ਮੂੰਹ ਜਵਾਨੀ ਨਹੀਂ, ਲਿਖਤੀ ਰੂਪ 'ਚ ਹੋਣਾ ਚਾਹੀਦਾ ਵੀ ਭਾਈ ਆਹ ਸਾਡਾ ਜਿਹੜਾ ਆ ਸੁਝਾਅ ਆ ਜਾਂ ਸਾਡੀ ਮੰਗ ਆ। ਬਿਲਕੁਲ ਬਿਲਕੁਲ, ਮੈਂ ਜਿਵੇਂ ਕੱਲ੍ਹ ਇੱਥੇ ਆਪਣਾ ਬਾਜ਼ਾਰ ਹੈਗਾ ਉਹਦੇ ਸਟੋਰ 'ਚ ਕਿਸੇ ਨਾਲ ਗਿਆ ਸੀ, ਤਾਂ ਉੱਥੇ ਇੱਕ ਬੰਦੇ ਨੇ ਮੈਨੂੰ ਪਛਾਣ ਲਿਆ, ਅਤੇ ਉਹ ਮੈਨੂੰ ਕਹਿਣ ਲੱਗਾ ਵੀ ਤੁਸੀਂ SGPC 'ਚੋਂ? ਮੈਂ ਕਿਹਾ ਹਾਂਜੀ। ਉਹ ਮੇਰੀ ਬਾਂਹ ਫੜ ਕੇ ਇੱਕ ਸਾਈਡ 'ਤੇ ਲੈ ਗਿਆ, ਉਹ ਕਹਿੰਦਾ ਵੀ ਦੇਖੋ ਇੱਥੇ ਇੱਕ ਗੋਲਡਨ ਟੈਂਪਲ ਆਟਾ ਉਹ ਆ ਰਿਹਾ, ਅਤੇ ਉਹਦੇ 'ਤੇ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਹੋਈ ਆ, ਵੀ ਇਸ ਇਸ਼ੂ ਨੂੰ ਜਿਹੜਾ ਵਿਚਾਰਿਆ ਜਾਵੇ। ਮੈਂ ਉਸੇ ਵੇਲੇ ਉਹਨਾਂ ਦੀ ਫੋਟੋ ਖਿੱਚ ਕੇ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਦੇ ਵਟਸਐਪ 'ਤੇ ਭੇਜੀ, ਪ੍ਰਧਾਨ ਸਾਹਿਬ 'ਤੇ ਭੇਜੀ। ਮੇਰਾ ਕਹਿੰਦਾ ਜੋ ਵੀ ਸਾਡੇ ਕੋਲ ਇਸ਼ੂ ਇਹ ਕੋਈ ਕਰਦਾ ਆ, ਤਾਂ ਮੈਂ ਅਸੀਂ ਸਾਡਾ ਫਰਜ਼ ਬਣਦਾ ਵੀ ਉਹ ਉੱਥੇ ਪਹੁੰਚਾਈਏ।
ओके डॉक्टर साहब समा है जोड़ा खत्म हो गया है। सी डॉक्टर परमजीत सिंह जी सरोआ जो कि अपना एस जी पी सी तो इस वेले परसनल दौरे पर आए हैं और साड़ी रिक्वेस्ट इन्होंने मनी है और मेरी मैनू उम्मीद है कि असं कुछ ना कुछ जरूर इतों सीखा होगा। टिल नैक्सट टाइम गुड नाइट एंड गुड लक।